ਪੰਜਾਬ ਨੇ ਚੌਰੀ ਅਮਨ ਚੱਠਾ ਜਿਹੜਾ ਪਾਕਿਸਤਾਨ ਸਰਲੀਪੀਅਨ ਸਾਹਿਬ ਦੇ ਨੇ ਉਹਨਾਂ ਦਾ ਇਸਤਕਬਾਲ ਕੀਤਾ। ਹਿੰਦ ਸਿੰਘ ਦੀ ਧੂਮਾਂ ਪੈ ਗਈਆਂ ਨੇ, ਏਡਾ ਬਿਹਤਰੀਨ ਇਸਤਕਬਾਲ। ਪਾਕਿਸਤਾਨ ਤਹਿਰੀਕ ਇਨਸਾਫ ਜਿਹੜੀ ਹੈ ਨਾ, ਇਹ ਗਰੀਬਾਂ ਦੀ ਹਾਮੀ ਹੈ। ਇਹਨੂੰ ਇਮਰਾਨ ਖਾਨ ਨੂੰ ਪਾਕਿਸਤਾਨ ਦੀ ਕੋਈ ਜਿਹੜੀ ਹੈ ਨਾ ਤਾਕਤ ਵਜ਼ੀਰ ਆਜ਼ਮ ਬਣਨ ਤੋਂ ਨਹੀਂ ਰੋਕ ਸਕਦੀ। ਪਤਾ ਕਿਉਂ? ਅਗਰ ਇਹ ਉਹ ਇਮਰਾਨ ਖਾਨ ਸਾਹਿਬ ਸਹੀ ਕਹਿੰਦੇ ਨੇ ਕਿ ਨਵਾਂ ਪਾਕਿਸਤਾਨ ਬਣਾਉਣਾ, ਨਵਾਂ ਪਾਕਿਸਤਾਨ ਇੰਝ ਹੀ ਬਣਾਉਣਾ, ਪੁਰਾਣੀ ਕਰਪਸ਼ਨ ਖਤਮ ਹੋ ਜਾਏਗੀ, ਨਵੇਂ ਬੰਦੇ ਆਉਣਗੇ, ਨਵੇਂ ਚਿਹਰੇ ਆਉਣਗੇ ਤੇ ਪਾਕਿਸਤਾਨ ਦੀ ਹਾਲਤ ਬਦਲ ਸਕਦੀ ਹੈ। ਨਹੀਂ ਤੇ ਅਸੀਂ ਤਾਂ ਜ਼ਲੀਲ ਹੋ ਗਏ ਹਾਂ। ਆਵਾਮ ਧੱਕੇ ਖਾ ਰਹੀ ਹੈ, ਬੱਚਿਆਂ ਦਾ ਮੁਸਤਕਬਲ ਕੋਈ, ਕਿਤਾਬਾਂ ਨੀ ਲੱਭ ਰਹੀਆਂ, ਘਰ ਰੋਟੀ ਨੀ ਪੂਰੀ ਹੋ ਰਹੀ, ਰਕਸ਼ਾ ਚਲਾ ਚਲਾ ਕੇ ਲਾ ਦਿੰਦਾ, ਗੈਸ ਲੱਭ ਰਹੀ ਹੈ, ਰੱਖੇ ਲੱਭ ਰਿਹਾ, ਸੀਐਨਜੀ ਲੱਭਣ ਰਹੀ ਹੈ। ਗਰੀਬ ਆਵਾਮ ਹੋਰ ਪਿੱਛੇ ਜਾ ਰਹੀ ਹੈ। ਉਹਨੇ ਉਮੀਦ ਦੀ ਕਿਰਨ ਲਾਹੌਰ ਇਹਨਾਂ ਦਾ ਜਲਸਾ ਬਣਿਆ ਇਮਰਾਨ ਖਾਨ ਸਾਹਿਬ ਦਾ, ਉਮੀਦ ਦੀ ਕਿਰਨ ਅੰਦਰ ਜਾਗੀ ਹੈ ਕਿ ਵਾਕਈ ਪਾਕਿਸਤਾਨ ਚ ਅਗਰ ਕੋਈ ਸੱਚਾ ਮੁਸਲਮਾਨ ਹੈ ਹਲੇ ਤੋ ਇਮਰਾਨ ਖਾਨ। ਇਮਰਾਨ ਖਾਨ ਨੂੰ ਅਸੀਂ ਕਿਉਂ ਪਿਆਰ ਕਰਦੇ? ਇਮਰਾਨ ਖਾਨ ਵਰਗਾ ਲੀਡਰ ਤੁਹਾਡੀ ਪੂਰੀ ਦੁਨੀਆਂ ਤੇ ਨਹੀਂ ਆ ਸਕਦਾ। ਉਹਨੇ ਉਦਣ ਤਕਰੀਰ ਕੀਤੀ ਹੈ, ਉਦਣ ਤਾਂ ਦਿਲ ਰੋਣ ਡਿਆ, ਉਦਣ ਦੀ ਰੋਟੀ ਨੀ ਡੰਗ ਰਹੀ ਅੰਦਰ। ਇਮਰਾਨ ਖਾਨ ਸਾਹਿਬ ਵਰਗਾ ਲੀਡਰ ਦੂਸਰੀ ਵਾਰੀ ਦੁਨੀਆਂ ਤੇ ਨਹੀਂ ਜਾਂਦਾ। ਅਗਰ ਸੱਚਾ ਕੋਈ ਮੁਸਲਮਾਨ ਹੈ ਅਰੇ ਤੇ ਇਮਰਾਨ ਖਾਨ ਦੇ ਤਾਹਰੂ ਕਾਦਰੀ ਚੌਧਰੀ ਸੁਫੀਆਨ ਸਾਹਿਬ ਨੇ ਉਹਨਾਂ ਦੀ ਦਿਲ ਨਾਲ ਦਿਲ ਕੀ ਠਾ ਗਹਿਰਾਈਓ ਸੇ ਉਨਕੀ ਇਸਤਕਬਾਲ ਕੀਆ ਹੈ ਬਸ ਸਟਾਪ ਕੇ ਉੱਪਰ। ਔਰ ਹਮ ਚੌਧਰੀ ਸੁਫੀਆਨ ਸਾਹਿਬ ਕਾ ਵੀ ਸ਼ੁਕਰੀਆ ਅਦਾ ਕਰਦੇ ਹੈ ਕਿ ਉਹਨਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਜੋ ਕਿ ਪਾਕਿਸਤਾਨ ਦੀ ਪਾਕ ਤਹਿਰੀਕ ਦਾ ਨਾਮ ਹੈ, ਇਮਰਾਨ ਖਾਨ ਸਾਹਿਬ ਔਰ ਮੁਹੰਮਦ ਅਹਿਮਦ ਚੱਠਾ ਸਾਹਿਬ, ਅੱਲਾ ਪਾਕ ਉਨਕੋ ਜ਼ਿੰਦਗੀ ਦੇ, ਮੇਰੀ ਅਗਰ ਆਵਾਜ਼ ਸੁਣ ਰਹੇ ਹਾਂ ਤਾਂ ਮੁਝੇ ਇੱਕ ਰਕਸ਼ਾ ਨਾ ਲੈ ਕਰ ਦੇ, ਮੈਂ ਗਰੀਬ ਆਦਮੀ ਹੂੰ। ਇਮਰਾਨ ਖਾਨ, ਇਮਰਾਨ ਖਾਨ, ਇਮਰਾਨ ਖਾਨ।